ਪ੍ਰੀਤ ਸਿੰਘ ਜੀ ਪਿੰਡ ਕੀ ਕਹਿਣਾ ਚਾਹੁੰਗੇ ਤੁਸੀਂ ਤਰਲ ਲੈ ਅਸੀਂ ਸਾਡੇ ਪਿੰਡ ਦੀ ਹੌਸਨਰ ਦੀ ਪਾਈਪਲਾਈਨ ਆ ਰਹੀ ਆ ਪਾਣੀ ਵਾਲੀ ਜੋ ਉਹਨੂੰ ਨੱਕਾ ਕਮੇਟੀ ਦਾ ਫੈਸਲਾ ਸੀ ਉਹਦੇ ਵਾਹਣ ਦੇ ਵਿੱਚ ਇੱਕ ਨੱਕਾ ਬਣਿਆ ਹੋਇਆ ਸੀਗਾ ਉਹ ਕਮੇਟੀ ਦੀ ਲੰਘਣਾ ਕਰਕੇ ਪਿੰਡ ਦੀ ਲੰਘਣਾ ਕਰਕੇ ਗਲਤ ਨੱਕਾ ਬਣਾ ਰਿਹਾ ਸੀ ਉਹਨੂੰ ਭਰੱਪੇ ਤੌਰ 'ਤੇ ਪਿੰਡ ਦੀ ਪੰਚਾਇਤ ਰਾਹੀਂ ਥਾਣੇ ਰਾਹੀਂ ਐਸ ਐਚ ਓ ਰਾਹੀਂ ਐਸ ਡੀ ਐਮ ਰਾਹੀਂ ਵੀ ਕਿਹਾ ਗਿਆ ਸੀ ਵੀ ਇਹ ਨੱਕਾ ਤੂੰ ਗਲਤ ਨਾ ਬਣਾ ਵੀ ਲੋਕਾਂ ਦੇ ਜੇ ਇੱਕ ਨੱਕਾ ਬਣਾਉਣ ਲੱਗ ਗਏ ਤਾਂ ਬਹੁਤ ਨੱਕੇ ਹੋਰ ਬਣਾਉਣਗੇ ਉਹਨੇ ਇਸ ਦੀ ਗੱਲ ਦੀ ਲੰਘਣਾ ਕਰਕੇ ਪੁਲਿਸ ਪ੍ਰਸ਼ਾਸਨ ਦੀ ਸਹਿਜ ਨਾ ਕਰਕੇ ਨੱਕਾ ਭੰਨ ਤੋੜ ਕੀਤੀ ਉੱਥੇ ਬੰਦਿਆਂ ਦੇ ਫੈਰ ਫੂਰ ਮਾਰੇ ਪਿੰਡ ਦੇ ਜੋ ਕਿ ਸਾਡੇ ਪਿੰਡ ਦੇ ਨਜ਼ਦੀਕੀ ਬੰਦੇ ਪੈਪ ਦੇ ਹਿੱਸੇਦਾਰ ਉਹ ਥਾਂ ਬਠਿੰਡਾ ਹਸਪਤਾਲ ਦੇ ਵਿੱਚ ਦਾਖਲ ਪਏ ਹਨ ਅਤੇ ਅਸੀਂ ਆਹਨੇ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਕਾਨੂੰਨੀ ਸਜ਼ਾ ਬਣਦੀ ਆ ਉਹ ਸਜ਼ਾ ਮਿਲੀ ਸਾਡਾ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਗੀ ਅਸੀਂ ਵੇਖੋ ਪਰਚੇ ਦੀ ਡੇਟ 21 ਤਰੀਕ ਦਾ ਐਸ ਐਚ ਓ ਨੂੰ ਕਈ ਵਾਰ ਮਿਲੇ ਵੀ ਤੂੰ ਉਹਨਾਂ ਨੂੰ ਫੜ ਪੁਲਿਸ ਉਹਨਾਂ ਦਾ ਪੱਖਪਾਤ ਕਰ ਰਹੀ ਆ ਉਹਨਾਂ ਨੂੰ ਥਾਣੇਦਾਰ ਹੋਣ 'ਤੇ ਕਾਰਨ ਪੁਲਿਸ ਦਾ ਮੁਲਾਜ਼ਮ ਹੋਣ ਕਾਰਨ ਉਹਨਾਂ ਨੂੰ ਨਹੀਂ ਫੜ ਰਹੀ ਗੀ ਇਸ ਵੇਸ 'ਤੇ ਅਸੀਂ ਧਰਨਾ ਲਾ ਰਹੇ ਹਾਂ ਜੀ ਇਹ ਧਰਨਾ ਅੱਜ ਜੇ ਤਾਂ ਗ੍ਰਿਫਤਾਰ ਹੁੰਦੇ ਨਹੀਂ ਅਸੀਂ ਪੰਜਾਬ ਲੈਵਲ 'ਤੇ ਧਰਨਾ ਲੱਗੂਗਾ ਜੀ ਕਿਸਾਨ ਯੂਨੀਅਨ ਵੱਲੋਂ ਸਾਰੇ ਜੋ ਵੀ ਸੁਣਾ ਹਾਂਜੀ ਬਹੁਤ ਲੰਮਾ ਧਰਨਾ ਚੱਲੂਗਾ ਜਿੰਨਾ ਚਿਕਰ ਉਹਨਾਂ ਨੂੰ ਗੈਰਫਦਾਰੀ ਨਹੀਂ ਹੁੰਦੀ ਗੀ ਅਸੀਂ ਚੌਂਕ ਹੀ ਰੋਕਾਂਗੇ ਪੰਜਾਬ ਲੈਵਲ 'ਤੇ ਕਿਸਾਨ ਯੂਨੀਅਨ ਨਾਲ ਗੱਲਬਾਤ ਕਰਕੇ ਜੋ ਸਾਡੇ ਸਾਰੇ ਪਿੰਡ ਦਾ ਭਰੱਪਾ ਜੋ ਸਾਰਾ ਪਿੰਡ ਸੰਯੋਗ ਦੇ ਰਿਹਾ ਗਾ ਪਾਰਟੀ ਲੈਵਲ 'ਤੇ ਉੱਪਰ ਧਰਨਾ ਰੱਖਿਆ ਆ 27 ਨੰਬਰ ਕਦਮ ਦਰਜ ਹੋਇਆ ਜੀ ਅਮਰੀਕ ਸਿੰਘ ਦੇ ਖਿਲਾਫ ਹੋਇਆ ਸੀ ਅਮਰੀਕ ਸਿੰਘ ਉਹਦਾ ਭਰਾ ਅੰਗਰੇਜ਼ ਸਿੰਘ ਅਤੇ ਉਹਦੇ ਭਤੀਜੇ ਕੁਲਦੀਪ ਸਿੰਘ ਦੇ ਖਿਲਾਫ 22 ਨੰਬਰ ਦਰਜ ਹੋਇਆ ਜੀ 10 12 ਅਨੋਨ ਬੰਦੇ ਆ ਜੀ ਜਿਹਨਾਂ ਦੀ ਤਲਾਸ਼ ਕਰ ਰਹੇ ਹਾਂ ਉਹਨਾਂ ਨੂੰ ਛੇਤੀ ਗ੍ਰਿਫਤਾਰ ਕਰ ਲਵਾਂਗੇ ਰੋਜ਼ ਅਰੈਸਟ ਕਰਦੇ ਰੇਡ ਮਾਰਦੇ ਆ ਰੋਜ਼ ਉਹਨਾਂ ਦੇ ਘਰ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਕੋਸ਼ਿਸ਼ ਕਰਦੇ ਆ ਅਰੈਸਟ ਹੋ ਜਾਣਾ ਪਰ ਉਹ ਕੋ ਮਿਲ ਨਹੀਂ ਰਿਹਾ ਘਰ ਜੀ ਜਿੱਦਾਂ ਮਾਰ ਕੇ ਸੱਜੇ ਖੱਬੇ ਗਏ ਹੋਏ ਸਾਰੇ ਨਾ ਜੀ ਡਿਊਟੀ ਤੋਂ ਗੈਰਾਜ ਰਾਜੀ ਇਹ ਮੁਕਤਸਰ ਲਗਾਏ ਸੀ ਸਟਾਫ ਜੀ ਉੱਥੋਂ ਐਬਸੈਂਟ ਚੱਲ ਰਿਹਾ ਡਿਊਟੀ ਤੋਂ ਜੀ ਹੁਣ ਕਰਦੇ ਜੀ ਕੋਸ਼ਿਸ਼ ਉਹਨੂੰ ਦੱਸਿਆ ਵੀ ਬੰਦਾ ਸ਼ਾਮ ਤੱਕ ਉਹਨਾਂ ਕੋਲ ਅਰੈਸਟ ਕਰਕੇ ਦੱਸਦੇ ਹਾਂ ਜੀ ਉਹਨਾਂ ਨੂੰ ਲਿਆਉਣੇ ਅਰੈਸਟ ਕਰਕੇ ਜੀ ਜਾਂਦੇ ਭਾਲਣ ਤਲਾਸ਼ ਕਰਦੇ ਲੋਕੇਸ਼ਨ ਵੀ ਕਢਾਈ ਹੈ ਜੀ ਲੋਕੇਸ਼ਨ 'ਤੇ ਟਰੇਸ ਨਹੀਂ ਮੋਬਾਈਲ ਉਹਨਾਂ ਬੰਦ ਆ ਰਿਹਾ ਜੀ